ਲੋਕਾਂ ਨੂੰ ਪਤਾ ਚੱਲਿਆ ਕਿ ਡਾਕਟਰ ਔਲਖ ਦੀ ਐਂਟੀਵਾਇਰਲ ਦਵਾਈ ਆ, ਇਹ ਡਿਪਾਰਟਮੈਂਟ ਆਫ ਆਯੁਰਵੇਦਾ ਗੌਰਮੈਂਟ ਆਫ ਪੰਜਾਬ ਨੇ ਇਹਨੂੰ ਮਾਨਤਾ ਦਿੱਤੀ, ਅਸੀਂ ਉਹਨਾਂ ਦੇ ਬੜੇ ਧੰਨਵਾਦੀ ਵੀ ਹਾਂ। ਅਤੇ ਇਹ ਦਵਾਈ ਮਾਰਕੀਟ 'ਚ ਅਵੇਲੇਬਲ ਆ, ਲੋਕਾਂ ਨੇ ਲੈ ਕੇ ਜਦੋਂ ਲੰਪੀ ਆਈ ਵਾਇਰਸ ਦੀ ਬਿਮਾਰੀ ਅਤੇ ਲੋਕਾਂ ਨੇ ਆਪਣੇ ਪਸ਼ੂਆਂ ਨੂੰ ਦੇਣੀ ਸ਼ੁਰੂ ਕੀਤੀ ਅਤੇ ਉਹਨਾਂ ਦੇ ਪਸ਼ੂ ਠੀਕ ਹੋਏ, ਉਸ ਤੋਂ ਬਾਅਦ ਅਸੀਂ ਵੀ ਬੜੇ ਉਤਸ਼ਾਹਿਤ ਹੋਏ। ਫਿਰ ਬਹੁਤ ਸਾਰੇ ਸੈਕੜੇ ਹੀ ਕਿਸਾਨ ਇਹ ਲਈ ਕਰੀਬ 500-700 ਪਸ਼ੂਆਂ ਦੇ ਉੱਤੇ ਟਰਾਈ ਕੀਤੀ ਜਾ ਚੁੱਕੀ ਆ, ਪਸ਼ੂ ਠੀਕ ਹੋ ਚੁੱਕੇ ਨੇ। ਇੱਕ ਇਨਫਲੂਐਂਜਾ ਵਾਇਰਸ, ਇੱਕ ਜਿਹੜੀ ਅੱਖਾਂ ਦਾ ਫਲੂ ਆਉਂਦਾ ਆਈ ਫਲੂ, ਉਹ ਵੀ ਇਨਫਲੂਐਂਜਾ ਹੈ, ਫਲੂ ਹੈ, ਉਹਦੇ 'ਤੇ ਵੀ ਇਹ ਕਾਰਗਰ ਹੈ। ਦੂਜਾ ਕਰੋਨਾ ਦੇ ਮਰੀਜ਼ਾਂ 'ਤੇ ਵੀ ਕਾਰਗਰ, ਹੁਣ ਲੰਪੀ 'ਤੇ ਆਈ। ਇਹ ਇੱਕ ਬਰਾਡ ਸਪੈਕਟਰਮ, ਮਤਲਬ ਮੇਰੇ ਕੋਲ ਲਿਟਰੇਚਰ ਪਿਆ ਜਿਹਦੇ ਉੱਤੇ ਇਹ ਹੈਗਾ ਕਿ ਏਡਜ਼ ਵਾਇਰਸ ਉੱਤੇ ਵੀ ਹੈ। ਉਹ ਅਲਾਹਾਬਾਦ ਯੂਨੀਵਰਸਿਟੀ ਦੇ ਪ੍ਰੋਫੈਸਰ ਦੁਬੇ ਸਾਹਿਬ ਦਾ ਲਿਖਿਆ ਹੋਇਆ ਪੇਪਰ ਹੈ, ਉਹ 'ਚ ਇਹ ਦੱਸਿਆ ਗਿਆ ਕਿ ਇਹ ਏਡਜ਼ ਦੇ ਮਰੀਜ਼ਾਂ 'ਤੇ ਵੀ ਇਹ ਕਾਰਗਰ ਹੈਗੀ ਆ। ਸਾਡੀ ਦਵਾਈ ਦੇ 4 ਕੈਪਸੂਲ ਅੱਜ ਦੇਣੇ ਆ, 4 ਕੱਲ੍ਹ, 4 ਪਰਸੋਂ, 4 ਚੌਥ, 4 ਦਿਨ ਦਾ ਕੋਰਸ ਹੈ। ਇਹ ਡੱਬੀ ਦੇ ਵਿੱਚ 8 ਕੈਪਸੂਲ ਹੁੰਦੇ ਆ ਅਤੇ ਯਾਨੀ ਕਿ 2 ਡੱਬੀਆਂ ਦੇ ਨਾਲ ਠੀਕ ਹੋ ਜਾਂਦੇ। ਕਰੀਬ 500 ਰੁਪਏ ਦੇ ਇਹਦੀ ਕੀਮਤ ਹੈ ਅਤੇ 500 ਰੁਪਏ ਦੇ ਉੱਤੇ ਅਸੀਂ ਕਿਸਾਨਾਂ ਨੂੰ ਅਸੀਂ ਆਪਣੇ ਵੱਲੋਂ ਡਿਸਕਾਊਂਟ ਵੀ ਦੇ ਰਹੇ ਹਾਂ ਕਿਉਂਕਿ ਗਊ ਮਾਤਾ ਦੀ ਦੁਰਦਸ਼ਾ ਸਾਡੇ ਕੋਲ ਦੇਖੀ ਨਹੀਂ ਜਾ ਰਹੀ। ਜਿਹੜੇ ਬਾਹਰ ਘੁੰਮ ਰਹੇ ਨੇ ਰੋਡਾਂ ਦੇ ਉੱਤੇ ਹੈਗੇ ਨੇ, ਜਿਹੜੇ ਲੰਬੀ ਬਿਮਾਰੀ ਨਾਲ ਗ੍ਰਸਤ ਹੈਗੇ ਨੇ, ਉਹਨਾਂ ਵਾਸਤੇ ਕੀ ਸੇਵਾ ਕਰੋਗੇ? ਸੇਵਾ ਅਸੀਂ ਉਹਨਾਂ ਦੀ ਕਰਨਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਉਹਨਾਂ ਵਾਸਤੇ ਕੋਈ ਸੰਸਥਾਵਾਂ ਸਾਡੇ ਨਾਲ ਜੁੜ ਜਾਣ। ਅਸੀਂ ਆਪਣੀ ਕੰਪਨੀ ਵੱਲੋਂ ਇਹਨੂੰ ਵੱਡਾ ਡਿਸਕਾਊਂਟ ਦੇਵਾਂਗੇ ਉਹਨਾਂ ਪਸ਼ੂਆਂ ਵਾਸਤੇ, ਔਰ ਗਊਸ਼ਾਲਾ ਵਾਲੇ ਸਾਡੇ ਨਾਲ ਜੁੜਨ ਜਾਂ ਸੰਸਥਾਵਾਂ ਵਾਲੇ ਜੁੜਨ, ਅਸੀਂ ਆਪਣੇ ਕੋਲੋਂ ਡਿਸਕਾਊਂਟ ਦੇਵਾਂਗੇ, ਥੋੜ੍ਹਾ ਜਿਹਾ ਸਾਨੂੰ ਸੰਸਥਾਵਾਂ ਵਾਲੇ ਵੀ ਕਰਨ, ਤਾਂ ਕਿ ਇਹ ਹੋਏਗਾ ਕਿ ਅਸੀਂ ਉਹਨਾਂ ਪਸ਼ੂਆਂ ਨੂੰ ਠੀਕ ਕਰੀਏ। ਫਿਰ ਇੰਨੇ ਲੋਕ ਇਹਨੂੰ ਸੈਕੜੇ ਡੰਗਰ ਇਹਦੇ ਨਾਲ, ਐਸੇ ਸੈਕੜੇ ਗਊ ਮਾਤਾ ਇਹਦੇ ਨਾਲ ਠੀਕ ਹੋ ਚੁੱਕੀ ਹੈ, ਅਤੇ ਤੁਸੀਂ ਇਸ ਦਵਾਈ ਨੂੰ ਤੁਸੀਂ ਕੋਸ਼ਿਸ਼ ਆਓ ਸਾਡੇ ਨਾਲ ਰਲ ਕੇ, ਅਸੀਂ ਪਸ਼ੂ ਧਨ ਨੂੰ ਬਚਾਈਏ, ਕਿਸਾਨੀ ਨੂੰ ਬਚਾਈਏ, ਕਿਸਾਨੀ ਬੜੇ ਸੰਕਟ ਵਿੱਚ ਹੈ। ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ, ਮੈਂ ਵਿਸ਼ਾਲ ਕਪੂਰ। ਗੱਲ ਕੀਤੀ ਜਾਊਗੀ ਗਈਆਂ ਦੇ ਵਿੱਚ ਅਤੇ ਪਸ਼ੂਆਂ ਦੇ ਵਿੱਚ ਲੰਬੀ ਬਿਮਾਰੀ ਫੈਲਣ ਦੇ ਉੱਤੇ। ਲਗਾਤਾਰ ਇਸ ਬਿਮਾਰੀ ਨੇ ਇੰਨਾ ਘਾਤਕ ਰੂਪ ਧਾਰ ਲਿਆ ਕਿ ਕਈ ਗਈਆਂ ਜਿਹੜੀਆਂ ਨੇ ਮਰ ਚੁੱਕੀਆਂ ਨੇ, ਕਈ ਰੋਡਾਂ ਉੱਤੇ ਪਈਆਂ ਨੇ, ਲੇਕਿਨ ਕਈ ਇਸ ਬਿਮਾਰੀ ਨਾਲ ਇੰਨੀ ਗ੍ਰਸਤ ਹੋ ਚੁੱਕੀਆਂ ਕਿ ਉਹ ਇਸ ਕਿਨਾਰੇ ਨੇ ਕਿ ਉਹਨਾਂ ਦੀ ਮੌਤ ਤੱਕ ਹੋ ਚੁੱਕੀ ਹੋਈ ਹੈ। ਲੇਕਿਨ ਕੱਲ੍ਹ ਅਸੀਂ ਇੱਕ ਸਟੋਰੀ ਕੀਤੀ ਸੀ ਜਿਹਦੇ ਵਿੱਚ ਕਈ ਅਵਾਰਾ ਪਸ਼ੂ ਜੋ ਮੌਤ ਦੇ ਕਗਾਰ 'ਤੇ ਸੀਗੇ, ਜੋ ਮਰ ਚੁੱਕੇ ਸੀਗੇ, ਉਹਨਾਂ ਨੂੰ ਚੱਕਣੇ ਵਾਸਤੇ ਵੀ ਕੋਈ ਨਹੀਂ ਆਉਂਦਾ। ਲੇਕਿਨ ਜਦੋਂ ਸਾਇੰਟਿਸਟ ਜਿਹੜੇ ਹੁੰਦੇ ਨੇ, ਜੋ ਵਿਗਿਆਨਿਕ ਜਿਹੜੇ ਹੁੰਦੇ ਨੇ, ਉਹ ਗਰੀਬ ਘਰਾਂ ਦੇ ਵਿੱਚੋਂ ਹੀ ਉੱਠਦੇ ਨੇ। ਲੇਕਿਨ ਗੱਲ ਕੀਤੀ ਜਾਊਗੀ ਆਖਿਰ ਸਾਡੇ ਨਾਲ ਇੱਕ ਔਲਖ ਸਾਹਿਬ ਨੇ, ਡਾਕਟਰ ਔਲਖ ਰਿਸਰਚਰ ਨੇ, ਲਗਾਤਾਰ ਇਹਨਾਂ ਦੇ ਇੰਟਰਵਿਊ ਦਾ ਅੱਜ ਮੌਕਾ ਮਿਲਿਆ ਕਿ ਇਹਨਾਂ ਦੇ ਇੰਟਰਵਿਊ ਇਸ ਕਰਕੇ ਕਰਨ ਲੱਗਿਆ ਕਿ ਇਹ ਐਸੇ ਰਿਸਰਚਰ ਨੇ ਕਿ ਲੱਭਦੇ ਨੀਗੇ ਨੇ, ਇਹ ਲਗਾਤਾਰ ਸੰਪਰਕ ਕੀਤਾ, ਸਾਨੂੰ ਮਿਲੇ ਨੇ। ਇਸ ਬਿਮਾਰੀ ਦਾ ਖਾਤਮਾ ਕਰਨ ਵਾਸਤੇ ਇਹਨਾਂ ਨੇ ਇੱਕ ਦਵਾਈ ਜਿਹੜੀ ਬਣਾਈ ਹੈ, ਲੇਕਿਨ ਤੁਹਾਨੂੰ ਉਹਨਾਂ ਦੀ ਪੂਰੀ ਦਾਸਤਾਨ ਜ਼ਰੂਰ ਦੱਸੂਗਾ ਕਿ 111 ਗਜ਼ ਦਾ ਇੱਕ ਮਕਾਨ ਹੁੰਦਾ ਇਹਨਾਂ ਦਾ, ਜਿਹਨੂੰ ਇਹ ਖਾਬ ਦੇਖਦੇ ਨੇ ਕਿ ਉਹਨੂੰ ਮੈਂ ਪੂਰਾ ਬਣਾਊਂਗਾ। ਲੇਕਿਨ ਵਿੱਚ ਜਦੋਂ ਕਰੋਨਾ ਦਸਤਕ ਆਉਂਦੀ ਹੈ, ਉਸ ਤੋਂ ਬਾਅਦ ਜੋ ਇਹਨਾਂ ਕੋਲ ਪਹਿਲਾਂ ਪੈਸਾ ਹੁੰਦਾ ਸਾਰਾ ਖਤਮ ਹੋ ਜਾਂਦਾ, ਅਤੇ ਸਰਕਾਰ ਵੱਲੋਂ ਵੀ ਇਹਨਾਂ ਦੀ ਮਦਦ ਨਹੀਂ ਕੀਤੀ ਜਾਂਦੀ। ਕਰੋਨਾ ਦੀ ਵੈਕਸੀਨ ਵੀ ਇਹਨਾਂ ਨੇ ਬਣਾਈ ਸੀਗੀ, ਲੇਕਿਨ ਉਹ ਵੀ ਸਰਕਾਰ ਨੇ ਨਹੀਂ ਮੰਨੀ। ਲੇਕਿਨ ਇਹਦਾ ਇਲਾਜ ਜਿਹੜਾ ਇੰਨਾ ਕਾਰਗਰ ਸੀਗਾ ਕਿ ਲੋਕ ਕਈ ਠੀਕ ਹੋਏ। ਲੇਕਿਨ ਹੁਣ ਲੰਬੀ ਬਿਮਾਰੀ ਜਿਹੜੀ ਚੱਲੀ ਹੋਈ ਹੈ, ਇਸ ਦੇ ਵਿੱਚ ਇਹਨਾਂ ਦੀ ਇੱਕ ਦਵਾਈ ਜਿਹੜੀ ਹੈ, ਛੋਟਾ ਜਿਹਾ ਇੱਕ ਛੋਟੀ ਦਵਾਈ ਹੈ ਜੋ ਜਦੋਂ ਗਈਆਂ ਨੂੰ ਦਿੱਤੀ ਜਾਂਦੀ ਹੈ, ਅਤੇ ਉਹ ਗਈਆਂ ਜਿਹੜੀਆਂ ਨੇ ਇੱਕ ਦੋ ਦਿਨਾਂ ਦੇ ਵਿੱਚ ਅਵਾਰਾ ਪਸ਼ੂ ਜਿਹੜੇ ਨੇ ਜਾਂ ਜਿਹੜੀ ਡੈਰੀ ਸੰਚਾਲਕਾਂ ਕੋਲ ਹੈਗੇ ਨੇ, ਜਿਨ੍ਹਾਂ ਨੂੰ ਇਹ ਡੈਰੀ ਸੰਚਾਲਕ ਕੱਢ ਦਿੰਦੇ ਨੇ, ਦੁੱਧ ਦੇਣਾ ਹਟ ਜਾਂਦੀਆਂ ਨੇ, ਉਹਨਾਂ ਨੂੰ ਰੋਡ ਦੇ ਉੱਤੇ ਮਰਨ ਕਿਨਾਰੇ ਛੱਡਦੇ ਨੇ। ਲੇਕਿਨ ਡਾਕਟਰ ਔਲਖ ਦਾ ਅਸੀਂ ਧੰਨਵਾਦ ਵੀ ਕਰਾਂਗੇ ਜੋ ਸਾਨੂੰ ਲੁਧਿਆਣਾ ਲਾਈਵ ਨੂੰ ਮਿਲੇ ਨੇ ਅਤੇ ਗੱਲਬਾਤ ਵੀ ਕਰ ਰਹੇ। ਡਾਕਟਰ ਸਾਹਿਬ, ਆਖਿਰ ਬਿਮਾਰੀ ਹੈ ਕੀ ਲੰਬੀ? ਲੰਬੀ ਇੱਕ ਵਾਇਰਸ ਦੀ ਬਿਮਾਰੀ ਹੈ ਅਤੇ ਇਹ ਬਿਮਾਰੀ ਜਿੱਦਾਂ ਬਾਕੀ ਦੀਆਂ ਵਾਇਰਸ ਦੀਆਂ ਬਿਮਾਰੀਆਂ ਨੇ, ਇਹ ਮਤਲਬ ਐਂਟੀਬਾਇਓਟਿਕਾਂ ਜਾਂ ਦਵਾਈਆਂ ਇਹਦੇ ਉੱਤੇ ਅਸਰ ਨਹੀਂ ਕਰਦੀਆਂ ਅਤੇ ਇਹਦੇ ਵਾਸਤੇ ਫਿਲਹਾਲ ਸਾਡੇ ਕੋਈ ਇਲਾਜ ਨਹੀਂ ਹੈ। ਮਹਿਕਮਾ ਵੀ ਕਹਿ ਚੁੱਕਾ ਹੈ ਕਿ ਉਹਨਾਂ ਦੇ ਵਾਸਤੇ ਸਿਰਫ ਪੈਰਾਸੀਟਾਮੋਲ ਦਿੱਤੀ ਜਾਂਦੀ ਹੈ ਟੈਂਪਰੇਚਰ ਉਤਾਰਨ ਵਾਸਤੇ, ਐਂਟੀਬਾਇਓਟਿਕਾਂ ਦਿੱਤੀਆਂ ਜਾਂਦੀਆਂ ਉਹਨਾਂ ਦਾ ਜ਼ਖਮ ਠੀਕ ਕਰਨ ਵਾਸਤੇ, ਅਤੇ ਏਵਲ ਵਰਗੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਤਾਂ ਕਿ ਉਹਨੂੰ ਆਰਾਮ ਮਿਲੇ। ਅਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਮੈਂ ਡਰੱਗ ਰਿਸਰਚਰ ਹਾਂ, ਦਵਾਈਆਂ ਦੀਆਂ ਖੋਜਾਂ ਕਰਨਾ ਮੇਰਾ ਕੰਮ ਆ। ਦੁਨੀਆ ਦੀ ਸਭ ਤੋਂ ਪਹਿਲੀ ਮਮੇਲੀਅਨ ਸੈਕਸ ਫਿਕਸਰ ਦੀ ਡਰੱਗ ਦੀ ਮੈਂ ਖੋਜ ਕਰ ਚੁੱਕਾ, ਉਹਦੇ ਵਾਸਤੇ ਦੁਨੀਆ ਜਹਾਨ ਦੀਆਂ ਸਰਕਾਰਾਂ ਮੈਨੂੰ ਸਨਮਾਨਿਤ ਵੀ ਕਰ ਚੁੱਕੀਆਂ ਨੇ। ਆਹ ਮੇਰੇ ਕੋਲ ਕੈਨੇਡਾ ਦੀ ਸਰਕਾਰ ਨੇ ਦਵਾਈਆਂ ਦੀ ਖੋਜ ਕਰਨ ਵਾਸਤੇ ਪੇਟੈਂਟ ਦਿੱਤਾ ਹੋਇਆ, ਆਹ ਸਾਊਥ ਅਫਰੀਕਾ ਦੀ ਸਰਕਾਰ ਨੇ ਮੈਨੂੰ ਪੇਟੈਂਟ ਦਿੱਤਾ ਹੋਇਆ ਦਵਾਈਆਂ ਦੀ ਖੋਜ ਕਰਨ ਵਾਸਤੇ, ਔਰ ਦੁਨੀਆ ਦੀ ਸਭ ਤੋਂ ਤਾਕਤਵਰ ਸਰਕਾਰ ਜਿਹੜੀ ਸਰਕਾਰ ਦਾ ਦੁਨੀਆ 'ਤੇ ਡੰਕਾ ਵੱਜਦਾ, ਯੂਨਾਈਟਿਡ ਸਟੇਟਸ ਅਮੈਰੀਕਾ, ਉਹ ਹੈ ਇਹ ਉਹਦਾ ਸਰਟੀਫਿਕੇਟ ਹੈ। ਇਹਦੇ ਵਾਸਤੇ ਹਰ ਦਵਾ ਵਿਗਿਆਨਕ ਸੁਪਨੇ ਲੈਂਦਾ
ਉਹ ਇਹ ਉਹ ਸਰਟੀਫਿਕੇਟ ਆ ਦਵਾਈਆਂ ਦੀ ਖੋਜ ਕਰਨ ਵਾਸਤੇ। ਇਹਦੇ ਨਾਲ ਤੁਸੀਂ ਦੇਖੋਗੇ ਆਹ ਆਸਟ੍ਰੇਲੀਆ ਗੌਰਮੈਂਟ ਦਾ ਸਰਟੀਫਿਕੇਟ ਆ, ਇਹ ਆਸਟ੍ਰੇਲੀਆ ਗੌਰਮੈਂਟ ਦਾ ਸਰਟੀਫਿਕੇਟ ਆ, ਅਤੇ ਇਹਦੇ ਨਾਲ ਹੀ ਨਿਊਜ਼ੀਲੈਂਡ ਦੀ ਸਰਕਾਰ ਦਾ ਵੀ ਸਰਟੀਫਿਕੇਟ ਮੇਰੇ ਕੋਲ ਆ, ਮੈਂ ਤੁਹਾਨੂੰ ਦਿਖਾਉਂਦਾ। ਆਹ ਦੇਖਿਓ, ਆਹ ਇਹ ਨਿਊਜ਼ੀਲੈਂਡ ਦੀ ਸਰਕਾਰ ਦਾ ਡਾਕੂਮੈਂਟ ਆ। ਮੈਂ ਕੋਈ ਹਵਾ ਹਵਾਈ ਸਾਇੰਟਿਸਟ ਨਹੀਂ ਹੈਗਾ, ਮੈਂ ਸੱਚੀ ਮੁੱਚੀ ਦਾ ਸਾਇੰਟਿਸਟ ਹਾਂ। ਦੁਨੀਆ ਜਹਾਨ ਦੀਆਂ ਸਰਕਾਰਾਂ ਇਸ ਗੱਲ ਨੂੰ ਮੰਨ ਚੁੱਕੀਆਂ ਨੇ, ਮੈਂ ਸਰਟੀਫਿਕੇਟ ਕਿਸੇ ਕੋਲ ਲੈਣ ਨਹੀਂ ਆਇਆ, ਨਾ ਹੀ ਲੈਣਾ ਚਾਹੁੰਦਾ। ਅਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਸੰਨ 2000 ਦੇ ਵਿੱਚ ਇੱਕ ਐਂਟੀਵਾਇਰਲ ਦਵਾਈ ਦੀ ਖੋਜ ਕੀਤੀ ਸੀ, ਜਿਹੜੀ ਵਾਇਰਸ ਦੀਆਂ ਬਿਮਾਰੀਆਂ ਨੂੰ ਉਵੇਂ ਹੀ ਚੱਕ ਦਿੰਦੀ ਆ, ਉਵੇਂ ਹੀ ਉਹਨੂੰ ਕੰਟਰੋਲ ਕਰ ਲੈਂਦੀ ਆ, ਜਿਵੇਂ ਐਂਟੀਬਾਇਓਟਿਕ ਦਵਾਈਆਂ ਬੈਕਟੀਰੀਆ ਨੂੰ, ਫੰਗਸ ਨੂੰ ਜਾਂ ਪ੍ਰੋਟੋਜੋਆ ਨੂੰ ਮਾਰਦੀਆਂ ਨੇ। ਅਤੇ ਇਹ ਦਵਾਈ FMD ਵਾਇਰਸ ਵਾਸਤੇ ਖੋਜੀ ਗਈ ਸੀ, ਅਤੇ FMD ਵਾਇਰਸ ਵਾਸਤੇ ਖੋਜੀ ਗਈ ਸੀ, ਅਤੇ FMD ਵਾਇਰਸ ਨੂੰ ਇਸ ਇੰਨੇ ਵਧੀਆ ਤਰੀਕੇ ਨਾਲ ਇਹ ਕੰਟਰੋਲ ਕਰਦੀ ਆ ਕਿ ਪਸ਼ੂ ਮਤਲਬ ਦਵਾਈ ਦੇ ਅੱਜ ਦਿੱਤੀ ਆ ਅਤੇ ਕੱਲ੍ਹ ਤੱਕ ਹੀ ਉਹ ਬਹੁਤ ਉਹਦੀ ਹਾਲਤ ਇੰਪਰੂਵ ਹੋ ਜਾਂਦੀ ਹੈ। ਔਰ ਉਸ ਤੋਂ ਬਾਅਦ ਇਹ ਦਵਾਈ ਦਾ ਅਸੀਂ ਪ੍ਰਭਾਵ ਦੇਖਿਆ ਇਨਸਾਨਾਂ ਦੇ ਵਿੱਚ ਇਨਫਲੂਐਂਜਾ ਵਾਇਰਸ ਦੇ ਉੱਤੇ, ਫਿਰ ਜਦੋਂ ਕਰੋਨਾ ਦੀ ਬਿਮਾਰੀ ਆਈ ਕਰੋਨਾ ਦੇ ਮਰੀਜ਼ਾਂ ਉੱਤੇ ਵੀ ਇਹਦਾ ਪ੍ਰਭਾਵ ਦੇਖਿਆ, ਬਹੁਤ ਵਧੀਆ ਪ੍ਰਭਾਵ ਮਿਲੇ। ਹੁਣ ਇਹ ਲੰਪੀ ਦੀ ਬਿਮਾਰੀ ਆਈ, ਕਿਉਂਕਿ ਮੈਂ ਮਾਣਨਾ ਇਹ ਗੱਲ ਕਹਿਣੀ ਚਾਹੁੰਦਾ ਕਿ ਮੈਂ ਲੋਕਾਂ ਦਾ ਸਾਇੰਟਿਸਟ ਹਾਂ, ਲੋਕ ਮੈਨੂੰ ਇੱਕ ਅਕਨੋਲੇਜ ਕਰ ਚੁੱਕੇ ਨੇ, ਇੱਕ ਹੀਰੋ ਮੰਨਦੇ ਨੇ। ਲੋਕਾਂ ਨੂੰ ਪਤਾ ਚੱਲਿਆ ਕਿ ਡਾਕਟਰ ਔਲਖ ਦੀ ਐਂਟੀਵਾਇਰਲ ਦਵਾਈ ਆ, ਇਹ ਡਿਪਾਰਟਮੈਂਟ ਆਫ ਆਯੁਰਵੇਦਾ ਗੌਰਮੈਂਟ ਆਫ ਪੰਜਾਬ ਨੇ ਇਹਨੂੰ ਮਾਨਤਾ ਦਿੱਤੀ, ਅਸੀਂ ਉਹਨਾਂ ਦੇ ਬੜੇ ਧੰਨਵਾਦੀ ਵੀ ਹਾਂ। ਅਤੇ ਇਹ ਦਵਾਈ ਮਾਰਕੀਟ 'ਚ ਅਵੇਲੇਬਲ ਆ, ਲੋਕਾਂ ਨੇ ਲੈ ਕੇ ਜਦੋਂ ਲੰਪੀ ਆਈ ਵਾਇਰਸ ਦੀ ਬਿਮਾਰੀ, ਅਤੇ ਲੋਕਾਂ ਨੇ ਆਪਣੇ ਪਸ਼ੂਆਂ ਨੂੰ ਦੇਣੀ ਸ਼ੁਰੂ ਕੀਤੀ, ਅਤੇ ਉਹਨਾਂ ਦੇ ਪਸ਼ੂ ਠੀਕ ਹੋਏ। ਉਸ ਤੋਂ ਬਾਅਦ ਅਸੀਂ ਵੀ ਬੜੇ ਉਤਸ਼ਾਹਿਤ ਹੋਏ, ਫਿਰ ਬਹੁਤ ਸਾਰੇ ਸੈਕੜੇ ਹੀ ਕਿਸਾਨ ਇਹ ਲਈ, ਇਹ ਕਰੀਬ ਕਰੀਬ 500-700 ਪਸ਼ੂਆਂ ਦੇ ਉੱਤੇ ਟਰਾਈ ਕੀਤੀ ਜਾ ਚੁੱਕੀ ਆ, ਪਸ਼ੂ ਠੀਕ ਹੋ ਚੁੱਕੇ ਨੇ, ਔਰ ਸਾਨੂੰ ਲੋਕ ਉਹਨਾਂ ਦੇ ਵੀਡੀਓ ਵੀ ਲੋਕ ਬਣਾ ਕੇ ਭੇਜਦੇ ਆ। ਲੇਕਿਨ ਆਹ ਦਵਾਈ ਹੈ ਕਦੀ ਆ? ਇਹ ਦਵਾਈ ਇੱਕ ਐਂਟੀਵਾਇਰਲ ਦਵਾਈ ਹੈ। ਇਹ ਦੇਖੋ, ਜਦੋਂ ਦਵਾਈਆਂ ਦੀ ਖੋਜ ਹੁੰਦੀ ਆ ਨਾ, ਅਤੇ ਦਵਾਈਆਂ ਦੀ ਖੋਜ ਹੁੰਦੀ ਆ ਅਤੇ ਉੱਥੇ ਕੋਈ ਆਯੁਰਵੇਦ ਨਹੀਂ ਹੁੰਦਾ, ਕੋਈ ਐਲੋਪੈਥੀ ਨਹੀਂ ਹੁੰਦੀ, ਉੱਥੇ ਅਸੀਂ ਉਹ ਚੀਜ਼ਾਂ ਲੱਭਣੀਆਂ ਹੁੰਦੀਆਂ ਨੇ ਜਿਹੜੀਆਂ ਪ੍ਰਭਾਵੀ ਹੋਣ। ਜਦੋਂ ਉਹ ਪ੍ਰਭਾਵੀ ਸਾਬਤ ਹੋ ਜਾਂਦੀਆਂ ਨੇ, ਫਿਰ ਜਦੋਂ ਉਹਦਾ ਮੈਥਡ ਆਫ ਮੈਨੂਫੈਕਚਰ ਆਉਂਦਾ, ਅਗਰ ਉਹ ਆਯੁਰਵੇਦਿਕ ਸਿਸਟਮ 'ਚ ਬਣ ਗਈ ਤਾਂ ਆਯੁਰਵੇਦਿਕ ਦਵਾਈ, ਅਗਰ ਉਹ ਐਲੋਪੈਥਿਕ ਸਿਸਟਮ 'ਚ ਬਣ ਗਈ ਤਾਂ ਉਹ ਐਲੋਪੈਥਿਕ ਦਵਾਈ। ਅਤੇ ਇਹ ਦਵਾਈ ਫਿਲਹਾਲ ਗੌਰਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਆਯੁਰਵੇਦਾ ਨੇ ਆਯੁਰਵੇਦਿਕ ਸਿਸਟਮ 'ਚ ਕੀਤੀ ਆ, ਪਰ ਮੇਰੇ ਕੋਲ ਆਹ ਡਾਕੂਮੈਂਟ ਪਏ ਨੇ, ਆਹ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦਾ ਡਾਕੂਮੈਂਟ ਆ, ICMR ਦਾ। ਅਸੀਂ ਇਹਨਾਂ ਨੂੰ ਇਹ ਕਿਹਾ ਸੀ ਕਿ ਇਹ ਦਵਾਈ ਸਾਨੂੰ ਐਲੋਪੈਥਿਕ ਸਿਸਟਮ 'ਚ ਬਣਾਉਣ ਦੀ ਮਨਜ਼ੂਰੀ ਦਿੱਤੀ ਜਾਏ। ਕਿਸ ਕੰਮ ਆਉਂਦੀ ਹੈ ਇਹ ਦਵਾਈ? ਐਂਟੀ ਵਾਇਰਸ ਦੀ ਕਿਸੇ ਵੀ ਬਿਮਾਰੀ 'ਤੇ ਕੰਮ ਆਉਂਦੀ ਹੈ। ਦੇਖੋ ਕਿੰਨੀਆਂ ਮੈਂ ਬਿਮਾਰੀਆਂ ਤੁਹਾਨੂੰ ਗਣਵਾ ਦਿੱਤੀਆਂ ਜਿਨ੍ਹਾਂ 'ਤੇ ਅਸੀਂ ਟਰਾਈ ਕੀਤਾ। ਉਹ ਇੱਕ ਤਾਂ FMD ਵਾਇਰਸ, ਇੱਕ ਇਨਫਲੂਐਂਜਾ ਵਾਇਰਸ, ਇੱਕ ਜਿਹੜੀ ਅੱਖਾਂ ਦਾ ਫਲੂ ਆਉਂਦਾ ਆਈ ਫਲੂ, ਉਹ ਵੀ ਇਨਫਲੂਐਂਜਾ ਹੈ, ਫਲੂ ਹੈ, ਉਹਦੇ 'ਤੇ ਵੀ ਇਹ ਕਾਰਗਰ ਹੈ। ਦੂਜਾ ਕਰੋਨਾ ਦੇ ਮਰੀਜ਼ਾਂ 'ਤੇ ਵੀ ਕਾਰਗਰ, ਹੁਣ ਲੰਪੀ 'ਤੇ ਆਈ। ਇਹ ਇੱਕ ਬਰਾਡ ਸਪੈਕਟਰਮ ਆ, ਅਤੇ ਮੇਰੇ ਕੋਲ ਲਿਟਰੇਚਰ ਪਿਆ ਜਿਹਦੇ ਉੱਤੇ ਇਹ ਹੈਗਾ ਕਿ ਏਡਜ਼ ਵਾਇਰਸ ਉੱਤੇ ਵੀ ਹੈ। ਉਹ ਅਲਾਹਾਬਾਦ ਯੂਨੀਵਰਸਿਟੀ ਦੇ ਪ੍ਰੋਫੈਸਰ ਦੁਬੇ ਸਾਹਿਬ ਦਾ ਲਿਖਿਆ ਹੋਇਆ ਪੇਪਰ ਹੈ, ਉਹ 'ਚ ਇਹ ਦੱਸਿਆ ਗਿਆ ਕਿ ਇਹ ਏਡਜ਼ ਦੇ ਮਰੀਜ਼ਾਂ 'ਤੇ ਵੀ ਇਹ ਕਾਰਗਰ ਹੈਗੀ ਹੈ। ਅਤੇ ਕਹਿੰਦਾ ਮਤਲਬ ਇੱਕ ਬਰਾਡ ਸਪੈਕਟਰਮ ਦਵਾਈ ਹੈ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹ ਦਵਾਈ ਜਿਹੜੀ ਆ ਇਹਦੇ 'ਤੇ ਇਹਨੂੰ ਤੁਸੀਂ ਜਿੱਦਾਂ ਅਸੀਂ ਕਿਹਾ ICMR ਨੂੰ ਕਿਹਾ, ਆਹ ਮੇਰੇ ਕੋਲ ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ ਦਾ ਡਾਕੂਮੈਂਟ ਆ। ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ ਦੇ ਨਾਲ ਮੇਰੀ ਇਹਦੀ ਗੱਲਬਾਤ ਚੱਲ ਰਹੀ ਹੈ, ਹੈਂ। ਔਰ ਇਹ ਜੇ ਤੁਸੀਂ ਕੈਮਰਾ ਇਸ 'ਤੇ ਮਾਰੋਗੇ ਤਾਂ ਇਹਦੇ ਉੱਤੇ ਇੱਕ ਜੂਮ ਮੀਟਿੰਗ ਦੀ ਗੱਲ ਕੀਤੀ ਗਈ ਹੈ, ਹੈਂ। ਇੱਕ ਬਹੁਤ ਬੜੇ ਅਫਸਰ ਨੇ ICAR ਦੇ ਨੇ, ਆਪਣਾ ਇੱਥੇ ਮੋਬਾਈਲ ਨੰਬਰ ਵੀ ਦਿੱਤਾ ਹੋਇਆ, ਅਤੇ ਉਹ ਗੱਲਾਂ ਉਹਨਾਂ ਨਾਲ ਮੇਰੀਆਂ ਹੋ ਚੁੱਕੀਆਂ, ਮੀਟਿੰਗ ਵੀ ਹੋ ਚੁੱਕੀ ਆ। ਉਹਨਾਂ ਨੇ ਉਹੋ ਹੀ ਮੁੜ ਕੇ ਮੈਨੂੰ ਇਹ ਮੁੱਦੇ ਦੱਸੇ ਨੇ ਕਿ 1 ਕਰੋੜਾਂ ਰੁਪਏ ਦਾ ਬਜਟ ਬਣਨਾ ਇਹਦਾ ਰਿਸਰਚ ਦਾ, ਉਹ ਬਜਟ ਅਸੀਂ ਕਿਹਦੇ ਸਿਰ ਪਾਵਾਂਗੇ? ਮਤਲਬ ਔਲਖ ਸਾਹਿਬ, ਉਹਦੇ 'ਚ ਅਗਰ ਰਿਸਰਚਰ ਕੋਲ 1 ਕਰੋੜਾਂ ਰੁਪਇਆ ਹੈਗਾ ਜਾਂ ਉਹ ਕਿਸੇ ਧੜਾਲ ਬੰਦੇ ਦੇ ਨਾਲ ਜੁੜਿਆ ਹੋਇਆ ਤਾਂ ਹੀ ਉਹ ਅੱਗੇ ਜਾ ਸਕਦਾ ਵੈ, ਅਦਰਵਾਈਜ਼ ਬਥੇਰੇ ਸਾਇੰਟਿਸਟ ਰੁਲਦੇ ਹੋਣੇ ਨੇ, ਕਿਉਂਕਿ ਛੋਟੇ ਤੋਂ ਗਰੀਬ ਤੋਂ ਗਰੀਬ ਸਾਇੰਟਿਸਟ ਨੇ ਕਈ ਅਵਿਸ਼ਕਾਰ ਐਸੇ ਕੀਤੇ ਨੇ ਜੋ ਇਸ ਸਮੇਂ ਦੁਨੀਆ ਇਸਤੇਮਾਲ ਕਰ ਰਹੀ ਹੈ। ਦੇਖੋ, December 2021 ਦੇ ਵਿੱਚ ਮੈਨੂੰ ਮਿਨਿਸਟਰੀ ਆਫ ਹੈਲਥ ਚੰਡੀਗੜ੍ਹ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਸੀਗਾ। ਉੱਥੇ ਜਿਹੜੇ ਅਫਸਰ ਨੇ ਉਹਨਾਂ ਨੇ ਮੈਨੂੰ ਬਲੰਟਲੀ ਕਿਹਾ, ਵਾਈ ਡੋਂਟ ਯੂ ਗੋ ਟੂ ਏ ਕਾਰਪੋਰੇਟ ਹਾਊਸ? ਯਾਨੀ ਕਿ ਇੱਕ ਸਾਇੰਟਿਸਟ ਜਿਹੜਾ ਹੈ ਉਹ ਕਾਰਪੋਰੇਟ ਹਾਊਸ ਜਾ ਕੇ ਉਹਨਾਂ ਦੇ
ਪੈਰ ਪਕੜ ਲਵੇ ਤਾਂ ਫਿਰ ਉਹ ਖੋਜੀ ਹੈ। ਔਰ ਦੂਜਾ ਜਿਹੜਾ ਕਾਨੂੰਨ ਬਣਾਇਆ ਮੋਦੀ ਜੀ ਨੇ 2019 ਦੇ ਵਿੱਚ ਨਿਊ ਡਰੱਗ ਐਂਡ ਕਲੀਨਿਕਲ ਟ੍ਰਾਇਲ ਰੂਲਸ, ਉਹਦੇ ਮੁਤਾਬਕ ਇਹ ਪ੍ਰੋਵੀਜ਼ਨ ਕਰ ਦਿੱਤੇ ਗਏ ਨੇ ਕਿ ਜਦ ਤੱਕ ਇੱਕ ਸਾਇੰਟਿਸਟ ਕਾਰਪੋਰੇਟ ਘਰਾਣਿਆਂ ਦੀ ਬੈਕਿੰਗ ਲੈ ਕੇ ਨਹੀਂ ਆਉਂਦਾ, ਸਿਸਟਮ ਇਹੋ ਜਿਹੇ ਬਣਾ ਦਿੱਤੇ ਗਏ ਨੇ। ਹਜ਼ਾਰਾਂ ਕਰੋੜਾਂ ਦੀ ਇਨਵੈਸਟਮੈਂਟ ਆ, ਮੈਂ ਤੁਹਾਨੂੰ ਮੋਟਾ ਮੋਟਾ ਦੱਸਦਾ ਇੱਕ GMB ਸਰਟੀਫਿਕੇਟ ਕਹਿਣਗੇ ਲੈ ਕੇ ਆਓ। ਇਹ ਦੇਖੋ ICMR ਦਾ ਸਰਟੀਫਿਕੇਟ ਦਿਖਾਇਆ ਨਾ, ਇਹਨੂੰ ਤੁਸੀਂ ਗੌਰ ਨਾਲ ਅੱਗੇ ਜਾ ਕੇ ਦੇਖੋਗੇ, ਇੱਦਾਂ ਸ਼ਰਤਾਂ ਦੱਸਦੇ ਆਪਣੀਆਂ ਇੱਕ ਇੱਕ ਕਰਕੇ। GMP ਯਾਨੀ 350-300 ਕਰੋੜ ਰੁਪਈਆ, ਫਿਰ ਕਹਿਣਗੇ GLP ਹੈਗੀ ਆ 250-300 ਕਰੋੜ ਰੁਪਈਆ, ਹੋਰ 500-600 ਕਰੋੜ ਰੁਪਈਆ ਹੋ ਗਿਆ, ਫਿਰ ਕਹਿਣਗੇ GCP ਹੈਗੀ ਆ, GCP ਯਾਨੀ 1,000-1,200 ਕਰੋੜ ਰੁਪਈਆ, 1,000-1,200 ਕਰੋੜ ਰੁਪਈਆ ਯਾਨੀ ਕਿ 2,000 ਕਰੋੜ ਨੂੰ ਤੁਸੀਂ ਪਹੁੰਚ ਗਏ। ਔਰ ਜੇ ਤੁਸੀਂ ਜਾਓ Forbes.com ਜਾਂ Bloomsburg.com ਜਾਂ ਅਮਰੀਕਾ ਗੌਰਮੈਂਟ ਦਾ CDC ਸੈਂਟਰ ਆਫ ਡਿਜੀਜ਼ ਕੰਟਰੋਲ, ਉਹਨਾਂ ਦੀ ਵੈਬਸਾਈਟ 'ਤੇ ਜਾਓਗੇ ਤਾਂ ਦੱਸਣਗੇ ਜੀ $2.6 billion $2.6 billion ਯਾਨੀ 20,000 ਕਰੋੜ ਰੁਪਈਆ। ਇੱਕ ਸਾਇੰਟਿਸਟ ਦੁਨੀਆ ਦੇ ਜਿੰਨੇ ਵੀ ਆਏ ਅੱਜ ਤੱਕ, ਸਾਰੇ ਗਰੀਬ ਘਰਾਂ 'ਚੋਂ ਆਏ, ਸਾਰੇ ਮਿਡਲ ਕਲਾਸ ਫੈਮਲੀਆਂ 'ਚੋਂ ਆਏ, 20,000 ਕਰੋੜ ਰੁਪਈਆ ਸਾਇੰਟਿਸਟ ਕਿੱਥੋਂ ਲੈ ਕੇ ਆਏਗਾ? ਇਹ ਤਾਂ ਕਾਰਪੋਰੇਟ ਘਰਾਣਿਆਂ ਕੋਲ ਪਿਆ। ਯਾਨੀ ਸਾਨੂੰ ਸਿੱਧੀ ਹਦਾਇਤ ਕੀਤੀ ਗਈ ਹੈ ਕਿ ਜਾਓ ਕਾਰਪੋਰੇਟ ਘਰਾਣਿਆਂ ਦੇ ਪੈਰ ਪਕੜ ਲਓ ਤਾਂ ਤੁਸੀਂ ਖੋਜਾਂ ਨੇ। ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਸਰਕਾਰਾਂ ਦਾ ਜਿਹੜਾ ਕਾਰਪੋਰੇਟ ਪੱਖੀ ਰਵੱਈਆ ਇਹ ਗਲਤ ਹੈ। ਮਤਲਬ ਇੱਕ ਸਾਇੰਟਿਸਟ ਨੇ ਜੋ ਸ਼ਿਕਾਰ ਕੀਤਾ ਉਹ ਉਹਦੇ ਲਈ ਅਹਿਮੀਅਤ ਨਹੀਂ ਰੱਖਦਾ, ਅਗਰ ਕੋਪਰੇਟ ਘਰਾਣੇ ਤੁਹਾਡੇ ਪਿੱਛੇ ਆਸ਼ੀਰਵਾਦ ਦੇਣਗੇ, ਤੁਹਾਡੇ ਸਿਰ ਦੇ ਉੱਤੇ ਹੱਥ ਰੱਖਣਗੇ, ਫਿਰ ਉਹ ਕੋਪਰੇਟ ਘਰਾਣਿਆਂ ਦਾ ਜਿਹੜਾ ਹੈਗਾ ਵਾ ਉਹ ਅਵਿਸ਼ਕਾਰ ਮੰਨਿਆ ਜਾਊਗਾ। ਤੁਹਾਡਾ ਨਾਮ ਕਿੱਥੋਂ ਆਜੂਗਾ? ਅੱਗੇ ਕਿਸੇ ਸਾਇੰਟਿਸਟ ਨੇ ਅਵਿਸ਼ਕਾਰ ਕੀਤਾ ਅਗਰ ਤੱਕ ਉਹਦੀ ਤੱਕ ਪਹੁੰਚ ਹੀ ਨਹੀਂ ਹੈਗੀ ਵੱਡੇ ਘਰਾਣਿਆਂ ਤੱਕ, ਅਤੇ ਉਹਦੀ ਅਵਿਸ਼ਕਾਰ ਕਿੱਥੇ ਰਹਿ ਗਿਆ? ਦੇਖੋ ਜੀ, ਹੁਣ ਸਾਇੰਟਿਸਟ ਗਰੀਬ ਘਰਾਂ 'ਚ ਆਉਂਦੇ ਆ ਅਤੇ ਮਿਡਲ ਕਲਾਸ ਫੈਮਲੀਆਂ 'ਚ ਆਉਂਦੇ ਆ। ਮੰਨ ਲਓ ਕੱਲ੍ਹ ਨੂੰ ਕੋਈ ਕੈਂਸਰ ਦੀ ਇਲਾਜ ਕੱਢ ਲੈਂਦਾ, ਮੰਨ ਲਓ ਉਹਦੀ ਖਾਹਿਸ਼ ਹੁੰਦੀ ਹੈ ਕਿ ਮੈਂ 1,500 ਰੁਪਏ 'ਚ ਕੈਂਸਰ ਦਾ ਮਰੀਜ਼ ਠੀਕ ਕਰਾਂ। ਜੇ ਉਹ 1,500 ਰੁਪਏ 'ਚ ਕੈਂਸਰ ਦਾ ਮਰੀਜ਼ ਠੀਕ ਕਰ ਦੇਗਾ ਮੰਨ ਲਓ, ਅਤੇ ਜਿਹੜਾ 50-50 ਲੱਖ ਦਾ ਬਿੱਲ ਬਣਦਾ ਕੈਂਸਰ ਦੇ ਮਰੀਜ਼ਾਂ ਦਾ, ਉਹ ਤਾਂ ਨਹੀਂ ਬਣੇਗਾ ਨਾ। ਹੁਣ ਜਿਵੇਂ ਕਰੋਨਾ ਦੇ ਵਿੱਚ ਤੁਸੀਂ ਦੇਖਿਆ ਲੋਕਾਂ ਦੇ 25-25-30-30 ਲੱਖ ਦੇ ਬਿੱਲ ਬਣੇ, ਬਿਲਕੁਲ ਬੰਦੇ ਫਿਰ ਵੀ ਮਰ ਗਏ, ਬਿਲਕੁਲ ਹੈਂ। ਹੁਣ ਇਹ ਦਵਾਈ ਸੀ ਜਿਹੜੀ ਮੈਂ ਸਰਕਾਰ ਨੂੰ ਚਿੱਠੀ ਲਿਖ ਰਿਹਾ ਸੀ, ਮੈਂ ਮੋਦੀ ਜੀ ਨੂੰ ਚਿੱਠੀ ਲਿਖੀ, ਮੈਂ ਹੈਲਥ ਮਿਨਿਸਟਰੀ ਨੂੰ ਚਿੱਠੀ ਲਿਖੀ, ਮੈਂ ਆਯੁਸ਼ ਮੰਤਰਾਲੇ ਨੂੰ ਚਿੱਠੀ ਲਿਖੀ, ਜਵਾਬ ਤੱਕ ਨਹੀਂ ਦਿੰਦੇ ਹੈਂ। ICMR ਵਾਲੀ ਤਾਂ ਕਹਾਣੀ ਤੁਹਾਨੂੰ ਮੈਂ ਸੁਣਾ ਦਿੱਤੀ ਹੈ ਸਾਰੀ, ਉਹ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਦੀ ਵੀ ਤੁਹਾਨੂੰ ਮੈਂ ਕਹਾਣੀ ਸੁਣਾ ਦਿੱਤੀ ਹੈ। ਸਾਇੰਟਿਸਟ ਜਾਏ ਤਾਂ ਕਿੱਥੇ ਜਾਏ? ਉਹ ਕਹਿਣ ਦਾ ਮਤਲਬ ਹੈ ਕਿ ਕਾਰਪੋਰੇਟ ਘਰਾਣਿਆਂ ਦੇ ਅਸੀਂ ਪੈਰ ਪਕੜ ਲਈਏ, ਖੋਜ ਉਹਨਾਂ ਦੇ ਹਵਾਲੇ ਕਰ ਦਈਏ, ਉਹ ਮੁੜ ਕੇ ਇਹਨੂੰ ਲੱਖਾਂ ਰੁਪਏ ਦੀ ਵੇਚਣਗੇ, ਆਪਣੀਆਂ ਤਿਜੋਰੀਆਂ ਭਰਨਗੇ। ਕੁੱਲ ਮਿਲਾ ਕੇ ਜਿਹੜਾ ਇਹ ਸਿਸਟਮ ਹੈ, ਇਹ WHO ਦਾ ਥੋਪਿਆ ਹੋਇਆ ਸਿਸਟਮ ਹੈ। ਵਰਲਡ ਹੈਲਥ ਆਰਗਨਾਈਜੇਸ਼ਨ ਜਿਹੜੀ ਆ ਉਹ ਕਾਰਪੋਰੇਟ ਘਰਾਣਿਆਂ ਦੀ ਦਲਾਲ ਸੰਸਥਾ ਹੈ, ਔਰ ਉਹਦੇ ਏਜੰਟ ਨੇ ICMR ਅਤੇ ICAR ਵਰਗੀਆਂ ਸੰਸਥਾਵਾਂ। ਸਾਨੂੰ ਇਹਨਾਂ ਦੀ ਗੁਲਾਮੀ 'ਚੋਂ, ਜਿੰਨੀਆਂ ਰਿਸਰਚ ਯੂਨੀਵਰਸਿਟੀਆਂ ਨੇ ਜਾਂ ਜਿੰਨੇ ਰਿਸਰਚ ਇੰਸਟੀਚਿਊਟ ਨੇ, ਇਹ ਸਾਰੇ ਉਸ ਸਿਸਟਮ, ਇੱਕ ਪੂਰਾ ਸਿਸਟਮ ਹੀ ਕਾਰਪੋਰੇਟ ਘਰਾਣਿਆਂ ਲਈ ਦਲਾਲੀ ਕਰਨ ਦੇ ਤੁਲਿਆ ਹੋਇਆ। ਇਹ ਸਿਸਟਮ ਖਤਮ ਹੋਣਾ ਚਾਹੀਦਾ, ਕਿਉਂਕਿ ਅਸੀਂ ਉਹ ਮੁਲਕ 'ਚ ਰਹਿੰਦੇ ਹਾਂ ਜਿੱਥੇ ਧਨਵੰਤਰੀ ਵਰਗੇ ਵੈਦ ਹੋਏ, ਜੀਵਕ ਵਰਗੇ ਵੈਦ ਹੋਏ, ਅਸੀਂ ਦਵਾਈਆਂ ਦੀਆਂ ਖੋਜਾਂ 'ਚ ਦੁਨੀਆ ਨੂੰ ਲੀਡ ਕਰ ਸਕਦੇ ਹਾਂ। ਮੋਦੀ ਜੀ ਕਹਿੰਦੇ ਨੇ ਕਿ ਵਿਸ਼ਵ ਗੁਰੂ ਬਣਾਉਣਾ, ਮੇਰੀਆਂ ਤਾਂ ਇਹ 2 ਖੋਜਾਂ ਹੀ ਹਿੰਦੁਸਤਾਨ ਨੂੰ ਦੁਨੀਆ 'ਚ ਵਿਸ਼ਵ ਗੁਰੂ ਬਣਾ ਦੇਣਗੀਆਂ। ਲੇਕਿਨ ਔਲਖ ਸਾਹਿਬ, ਇਹ ਲੰਪੀ ਬਿਮਾਰੀ ਜਿਹੜੀ ਹੈ ਤੁਹਾਡੀ ਵੈਕਸੀਨ ਦੇ ਨਾਲ, ਤੁਹਾਡੀ ਜੋ ਦਵਾਈ ਜਿਹੜੀ ਤੁਸੀਂ ਬਣਾਈ, ਜੋ ਸਾਲ ਤੁਸੀਂ ਇਸਤੇਮਾਲ ਕੀਤਾ ਅੰਦਰ, ਉਹ 'ਚ ਕਿੰਨੀ ਦੇਰ ਤੱਕ ਇਹ ਕਾਰਗਰ ਰਹਿਣਗੀਆਂ ਅਤੇ ਕਿੰਨੀ ਦੇਰ ਤੱਕ ਇਹਨਾਂ ਦੀ ਜਿਹੜੀ ਹੈ ਇਸ ਬਿਮਾਰੀ ਤੋਂ ਖਾਤਮਾ ਹੋ ਸਕਦਾ ਗਈਆਂ ਦਾ? ਕਿਉਂਕਿ ਪਸ਼ੂ ਵਿਚਾਰੇ ਆਪਣਾ ਦਰਦ ਨਹੀਂ ਦੱਸ ਸਕਦੇ, ਪਸ਼ੂਆਂ ਨੂੰ ਦਰਦ ਹੁੰਦੀ ਹੈ, ਸਪਰੇਅ ਕੀਤਾ ਜਾ ਰਿਹਾ, ਸਿਰਫ ਸੈਨੇਟਾਈਜ਼ਿੰਗ ਕੀਤੀ ਜਾ ਰਹੀ ਹੈ ਪਸ਼ੂਆਂ ਦੇ ਉੱਤੇ। ਲਗਾਤਾਰ ਇੱਕ ਸਟੋਰੀ ਵੀ ਕੀਤੀ ਹੈ ਅਸੀਂ, ਜਿਹਦੇ ਵਿੱਚ ਡੈਰੀਆਂ ਦੇ ਵਿੱਚ ਦਿਖਾਇਆ ਹੋਇਆ ਕਿ ਉਸ ਗਊਆਂ ਜਿਸ ਗਊ ਨੂੰ ਇਹ ਲੰਬੀ ਬਿਮਾਰੀ ਹੈਗੀ, ਉਸਦੇ ਨਾਲ ਹੀ ਜੋ ਤੰਦਰੁਸਤ ਪਸ਼ੂ ਨੇ ਉਹਨਾਂ ਨਾਲ ਹੀ ਉਹ ਗਈਆਂ ਬਣੀਆਂ ਹੋਈਆਂ ਨੇ, ਅਤੇ ਉਹਨਾਂ ਦਾ ਦੁੱਧ ਵੀ ਚੋਇਆ ਜਾ ਰਿਹਾ ਵਾ। ਲਗਾਤਾਰ ਇੱਥੇ ਇੱਕ ਵੀਰ ਬੈਠਾ ਜੀ ਨੇ ਗੱਲ ਕੀਤੀ, ਉਹ ਦੁੱਧ ਚੋਇਆ ਜਾ ਰਿਹਾ, ਅਤੇ ਤੁਹਾਨੂੰ ਸਵਾਲ ਕੀਤਾ ਕਿ ਦੁੱਧ ਚੋ ਕੇ ਕਿੱਥੇ ਰੱਖਦੇ ਹੋ? ਕੈਮਰਾ ਦੇਖ ਕੇ ਕਹਿੰਦਾ ਸੀ ਡੋਲ ਦਿੰਦੇ ਹਾਂ। ਹੁਣ 10 ਲੀਟਰ ਦੁੱਧ ਦਾ ਕੋਈ ਡੈਰੀ ਵਾਲਾ ਡੋਲੂਗਾ ਨੀਗਾ, ਉਹ ਦੁੱਧ ਵੀ ਕਿਤੇ ਨਾ ਕਿਤੇ ਉਸ ਬਾਲਟੀ ਦਾ ਇਸਤੇਮਾਲ ਕੀਤਾ ਜਾ ਰਿਹਾ ਜਿਸ ਬਾਲਟੀ ਦੇ ਵਿੱਚ ਬਾਕੀ ਪਸ਼ੂਆਂ ਦਾ ਦੁੱਧ ਲਿੱਤਾ। ਆਖਿਰ ਇਹ ਜਾ ਕਿੱਥੇ ਰਿਹਾ ਫਿਰ? ਇਸ ਬਿਮਾਰੀ ਇਨਸਾਨਾਂ ਦੇ ਵਿੱਚ ਆ ਸਕਦੀ ਹੈ? ਦੇਖੋ, ਇਨਸਾਨੀ ਲਾਲਚ ਹੈ ਕਿ ਉਹ ਦੁੱਧ ਦਾ ਇਸਤੇਮਾਲ ਹੋਏਗਾ। ਦੂਜੀ ਗੱਲ ਇਹ ਹੈ ਕਿ ਜਿਹੜੇ ਕੀਟ ਨੇ, ਮੱਛਰ ਹੋ ਗਏ, ਮੱਖੀਆਂ ਹੋ ਗਈਆਂ, ਚਿੱਚੜ ਹੋ ਗਏ, ਜਿਨ੍ਹਾਂ ਦੇ ਨਾਲ ਇਹ ਬਿਮਾਰੀ ਫੈਲਦੀ ਹੈ। ਹੁਣ ਮੱਖੀ ਬੈਠੇਗੀ ਜਾਨਵਰ ਦੇ, ਜ਼ਖਮ ਹੋ ਗਿਆ, 2-2 ਇੰਚ ਦੇ ਜ਼ਖਮ ਹੋ ਜਾਂਦੇ ਆ ਜਾਨਵਰ ਦੇ ਸਰੀਰ ਉੱਤੇ, ਔਰ ਇਹ ਫੋੜਾ ਇੰਨਾ ਗਹਿਰਾ ਹੁੰਦਾ ਕਿ ਜਿਹੜੀ ਚਮੜੀ ਦੀ ਉਤਲੀ ਲੇਅਰ ਹੈ ਹੈ ਐਪੀਡਰਮਸ, ਉਸ ਤੋਂ ਥੱਲੇ ਡਰਮਸ, ਉਸ ਤੋਂ ਥੱਲੇ ਕੁਟੇਨੀਅਸ ਲੇਅਰ, ਉਸ ਤੋਂ ਥੱਲੇ ਮਸਲ ਤੱਕ ਉਹ ਫੋੜਾ ਜਾਂਦਾ। ਜਾਨਵਰ ਕਿੰਨੇ ਤਕਲੀਫ 'ਚ, ਇਹੋ ਜਿਹੇ ਸੈਕੜੇ ਫੋੜੇ ਜਾਨਵਰ ਦੇ ਸਰੀਰ 'ਤੇ ਨੇ, 106 ਡਿਗਰੀ ਬੁਖਾਰ ਹੋ ਜਾਂਦਾ, ਜਾਨਵਰ ਨਾ ਬੈਠ ਸਕਦਾ, ਉਹ ਇੰਨੀ ਤਕਲੀਫ ਦੇ ਵਿੱਚ ਆ। ਸਾਡੀ ਦਵਾਈ ਦੇ 4 ਕੈਪਸੂਲ ਅੱਜ ਦੇਣੇ ਆ, 4 ਕੱਲ੍ਹ 4 ਪਰਸੋਂ 4 ਚੌਥ, 4 ਦਿਨ ਦਾ ਕੋਰਸ ਹੈ। ਇਹ ਡੱਬੀ ਦੇ ਵਿੱਚ 8 ਕੈਪਸੂਲ ਹੁੰਦੇ ਆ, ਅਤੇ ਯਾਨੀ ਕਿ 2 ਡੱਬੀਆਂ ਦੇ ਨਾਲ ਠੀਕ ਹੋ ਜਾਂਦੇ। ਕਰੀਬ 500 ਰੁਪਏ ਦੇ ਇਹਦੀ ਕੀਮਤ ਹੈ, ਅਤੇ 500 ਰੁਪਏ ਦੇ ਉੱਤੇ ਅਸੀਂ ਕਿਸਾਨਾਂ ਨੂੰ ਅਸੀਂ ਆਪਣੇ ਵੱਲੋਂ ਡਿਸਕਾਊਂਟ ਵੀ ਦੇ ਰਹੇ ਹਾਂ, ਕਿਉਂਕਿ ਗਊ ਮਾਤਾ ਦੀ ਦੁਰਦਸ਼ਾ ਸਾਡੇ ਕੋਲ ਦੇਖੀ ਨਹੀਂ ਜਾ ਰਹੀ। ਲੇਕਿਨ ਜੋ ਬਾਹਰ ਗਈਆਂ ਹੈਗੀਆਂ, ਚਲੋ ਤੁਸੀਂ ਕਹਿਤਾ 500 ਦੀ 2 ਡੱਬੀਆਂ ਨੇ, ਲੇਕਿਨ ਤੁਸੀਂ ਰਿਸਰਚਰ ਹੋ, ਤੁਸੀਂ ਵੀ ਚਾਹੁੰਦੇ ਹੋ ਕਿ ਪਸ਼ੂ ਜਿਹੜੇ ਨੇ ਠੀਕ ਹੋਣ, ਜਿਹੜੇ ਬਾਹਰ ਘੁੰਮ ਰਹੇ ਨੇ, ਰੋਡਾਂ ਦੇ ਉੱਤੇ ਹੈਗੇ ਨੇ, ਜਿਹੜੇ ਲੰਬੀ ਬਿਮਾਰੀ ਨਾਲ ਗ੍ਰਸਤ
ਅਸੀਂ ਚਾਹੁੰਦੇ ਹਾਂ ਕਿ ਉਹਨਾਂ ਵਾਸਤੇ ਕੋਈ ਸੰਸਥਾਵਾਂ ਸਾਡੇ ਨਾਲ ਜੁੜ ਜਾਣ, ਅਸੀਂ ਆਪਣੀ ਕੰਪਨੀ ਵੱਲੋਂ ਇਹਨੂੰ ਵੱਡਾ ਡਿਸਕਾਊਂਟ ਦੇਵਾਂਗੇ ਉਹਨਾਂ ਪਸ਼ੂਆਂ ਵਾਸਤੇ, ਔਰ ਗਊਸ਼ਾਲਾ ਵਾਲੇ ਸਾਡੇ ਨਾਲ ਜੁੜਨ ਜਾਂ ਸੰਸਥਾਵਾਂ ਵਾਲੇ ਜੁੜਨ, ਅਸੀਂ ਆਪਣੇ ਕੋਲੋਂ ਡਿਸਕਾਊਂਟ ਦੇਵਾਂਗੇ, ਥੋੜ੍ਹਾ ਜਿਹਾ ਸਾਨੂੰ ਸੰਸਥਾਵਾਂ ਵਾਲੇ ਵੀ ਕਰਨ, ਤਾਂ ਕਿ ਇਹ ਹੋਏਗਾ ਕਿ ਅਸੀਂ ਉਹਨਾਂ ਪਸ਼ੂਆਂ ਨੂੰ ਠੀਕ ਕਰੀਏ, ਅਸੀਂ ਵੀ ਅੱਗੇ ਆਉਣਾ ਚਾਹੁੰਦੇ ਹਾਂ। ਅਸੀਂ ਸਰਕਾਰ ਨੂੰ ਅਪੀਲ, ਮੈਂ ਭਗਵੰਤ ਮਾਨ ਜੀ ਨੂੰ ਹੱਥ ਜੋੜ ਕੇ ਅਪੀਲ ਕਰਨੀ ਚਾਹੁੰਦਾ ਕਿ ਪੰਜਾਬ ਦੇ ਸਾਰੇ ਲੋਕਾਂ ਨੂੰ ਤੁਹਾਡੇ ਤੋਂ ਬੜੀਆਂ ਉਮੀਦਾਂ ਨੇ, ਸਾਨੂੰ ਵੀ ਬੜੀਆਂ ਉਮੀਦਾਂ ਨੇ। ਮੋਦੀ ਜੀ ਨੇ ਜਿਹੜਾ ਕਾਨੂੰਨ ਪਾਸ ਕੀਤਾ ਕਾਰਪੋਰੇਟ ਘਰਾਣੇ ਦੀ ਮਦਦ ਕਰਨ ਵਾਲਾ, ਉਹਦੇ ਵਿੱਚ ਕੁਝ ਕਲਾਜਿਜ ਇਹੋ ਜਿਹੀਆਂ ਬੱਚੀਆਂ ਹੋਈਆਂ ਨੇ ਕਿ ਅਗਰ ਸਟੇਟ ਗੌਰਮੈਂਟ ਚਾਹੇ ਤਾਂ ਸਾਇੰਟਿਸਟਾਂ ਨੂੰ ਅਜੇ ਵੀ ਪ੍ਰਮੋਟ ਕਰ ਸਕਦੀ ਹੈ, ਕਿਉਂਕਿ ਕੱਲ੍ਹ ਨੂੰ ਕਾਰਪੋਰੇਟ ਘਰਾਣਿਆਂ ਦੇ ਪ੍ਰੈਸ਼ਰ ਥੱਲੇ ਮੋਦੀ ਜੀ ਨੇ ਉਹ ਧਾਰਾਂ ਵੀ ਖਤਮ ਕਰ ਦਿੱਤੀਆਂ, ਅਤੇ ਫਿਰ ਭਗਵੰਤ ਮਾਨ ਜੀ ਤੁਸੀਂ ਵੀ ਕੁਛ ਨਹੀਂ ਕਰ ਪਾਓਗੇ। ਅੱਜ ਇੱਕ ਮੌਕਾ ਜਿਹਾ, ਦੇਖੋ ਮੈਂ ਚਿੱਠੀਆਂ ਲਿਖੀਆਂ ਹੋਈਆਂ, ਆਹ ਭਗਵੰਤ ਮਾਨ ਜੀ ਨੂੰ ਮੈਂ ਚਿੱਠੀ ਲਿਖੀ ਹੋਈ ਆ, ਇਹ ਦੋ ਪਿਛਲੇ ਮਹੀਨੇ ਜੁਲਾਈ ਨੂੰ, ਹਾਂ ਇੱਥੇ ਤਰੀਕ ਲਿਖੀ ਹੋਈ ਆ 27, ਹਾਂ 27, ਹੈਂ ਇਹਦਾ ਰਿਮਾਈਂਡਰ ਵੀ ਭੇਜਿਆ ਹੋਇਆ ਮੈਂ, ਇਹ ਸ਼ਾਇਦ 8 ਇਸ ਮਹੀਨੇ ਦੀ 8 ਤਰੀਕ ਨੂੰ ਇਹਦਾ ਰਿਮਾਈਂਡਰ ਵੀ ਭੇਜਿਆ ਹੋਇਆ। ਭਗਵੰਤ ਮਾਨ ਜੀ ਪਲੀਜ਼ ਇਹਨਾਂ 'ਤੇ ਕੋਈ ਕਾਰਵਾਈ ਕਰੋ, ਇਹ ਇਸ ਤੋਂ ਪਹਿਲੇ ਕਿ ਇਹ ਤੁਹਾਡੇ ਹੱਥੋਂ ਵੀ ਤੀਰ ਕਮਾਨ ਨਿਕਲ ਜਾਏ, ਸੈਂਟਰ ਦੀ ਗੌਰਮੈਂਟ ਤੁਹਾਡੇ ਕੋਲ ਵੀ ਸਾਰੇ ਅਧਿਕਾਰ ਖੋਲ ਲਵੇ, ਇਹ ਤੁਸੀਂ ਇਹ ਦਵਾਈ ਦਾ ਟ੍ਰਾਇਲ ਲਗਾਓ। ਦੇਖੋ ਇਹ ਤੁਹਾਡੀ ਗੌਰਮੈਂਟ ਨੇ ਮਨਜ਼ੂਰ ਕੀਤਾ ਨਾ, ਇਹ ਕੋਈ ਜ਼ਹਿਰ ਤਾਂ ਨਹੀਂ ਹੈਗਾ ਨਾ, ਬੰਦੇ ਵੀ ਖਾਂਦੇ ਆ ਇਹਨੂੰ, ਬੰਦੇ ਨਹੀਂ ਮਰਦੇ, ਗਾਵਾਂ ਕਿੱਥੇ ਮਰ ਜਾਣਗੀਆਂ। ਫਿਰ ਇੰਨੇ ਲੋਕ ਇਹਨੂੰ, ਸੈਕੜੇ ਡੰਗਰ ਇਹਦੇ ਨਾਲ, ਐਸੇ ਸੈਕੜੇ ਗਊ ਮਾਤਾ ਇਹਦੇ ਨਾਲ ਠੀਕ ਹੋ ਚੁੱਕੀ ਹੈ, ਅਤੇ ਤੁਸੀਂ ਇਸ ਦਵਾਈ ਨੂੰ ਤੁਸੀਂ ਕੋਸ਼ਿਸ਼ ਆਓ ਸਾਡੇ ਨਾਲ ਰਲ ਕੇ, ਅਸੀਂ ਪਸ਼ੂ ਧਨ ਨੂੰ ਬਚਾਈਏ, ਕਿਸਾਨੀ ਨੂੰ ਬਚਾਈਏ, ਕਿਸਾਨੀ ਬੜੇ ਸੰਕਟ ਵਿੱਚ ਹੈ। ਬਾਕੀ ਜਿਹੜਾ ਉਹ ਦੁੱਧ ਵਾ, ਅਗਰ ਉਹ ਦੁੱਧ ਉਬਾਲ ਲਿਆ ਗਿਆ ਹੈ ਤਾਂ ਉਹ ਪੀਣ ਦੇ ਲਾਇਕ ਹੋ ਜਾਂਦਾ, ਪਰ ਜੇ ਉਹਦੇ ਵਿੱਚ ਪਾਸੀ ਆ ਗਈ ਆ ਅਤੇ ਫਿਰ ਤਾਂ ਉਹ ਉਬਾਲਣ ਤੋਂ ਬਾਅਦ ਵੀ ਪੀਣ ਦੇ ਲਾਇਕ ਨਹੀਂ ਰਹੇਗਾ ਨਾ। ਦੂਜੀ ਗੱਲ ਇਹ ਹੈਗੀ ਆ ਕਿ ਜੇ ਉਹਨੂੰ ਤੁਸੀਂ ਕੱਚੇ ਦੁੱਧ ਨੂੰ ਕਿਸੇ ਨੇ ਟੱਚ ਕਰ ਲਿਆ ਇਨਸਾਨ ਨੂੰ, ਹੁਣ ਤਾਂ ਇਹੋ ਜਿਹੀਆਂ ਸ਼ਿਕਾਇਤਾਂ ਆਉਣ ਲੱਗ ਪਈਆਂ, ਛੋਟੇ ਛੋਟੇ ਬੱਚਿਆਂ ਨੂੰ ਵੀ ਹੋਗੀ, ਜੇ ਛੋਟੇ ਬੱਚੇ ਕੱਚਾ ਦੁੱਧ ਪੀ ਲੈਂਦੇ ਨੇ ਨਾ, ਛੋਟੇ ਛੋਟੇ ਬੱਚਿਆਂ ਨੂੰ ਵੀ ਹੋਣ ਲੱਗ ਗਈ ਆ। ਅਤੇ ਜੇ ਇਹ ਬਿਮਾਰੀ ਜੰਪ ਕਰਕੇ, ਕਿਉਂਕਿ ਜਿਹੜੇ ਜੈਨੇਟਿਕ ਖਾਣੇ ਅਸੀਂ ਖਾਂਦੇ ਹਾਂ, GM ਮੱਕਾ, GM ਕਣਕ, GM ਉਹ ਕਹਿੰਦੇ BT ਕੋਟਨ, ਹੈਂ ਉਹਨਾਂ ਦੇ ਨਾਲ ਸਾਡਾ ਜਿਹੜਾ ਇੰਟਰ ਸਪੀਸੀਜ਼ ਬੈਰੀਅਰ ਆ, ਸਾਡਾ DNA ਚੇਂਜ ਹੋ ਰਿਹਾ, ਇਨਸਾਨਾਂ ਦਾ DNA ਬੜੀ ਹੱਦ ਤੱਕ ਚੇਂਜ ਹੋ ਚੁੱਕਾ, ਔਰ ਇਸੇ ਕਰਕੇ ਇਹ ਬਿਮਾਰੀਆਂ ਹੁਣ ਗਾਵਾਂ ਤੋਂ ਜੇ ਜੰਪ ਕਰਕੇ ਇਨਸਾਨਾਂ ਵਿੱਚ ਆ ਗਈ, ਸਾਡਾ ਇਮਿਊਨਿਟੀ ਸਟੇਟਸ ਜਿਹੜਾ ਕਮਜ਼ੋਰ ਹੋ ਚੁੱਕਾ, ਅਤੇ ਇਸ ਕਰਕੇ ਬੜੀ ਭਿਆਨਕ ਗੱਲ ਹੋਣੀ ਆ ਜੇ ਗਊ ਮਾਤਾ ਵਿਚਾਰੀ ਆਪਣੇ 'ਤੇ ਇੰਨਾ ਬੜਾ ਸੰਕਟ ਲੈ ਰਹੀ ਆ। ਅਸੀਂ ਗਊ ਮਾਤਾ ਨੂੰ ਠੀਕ ਕਰੀਏ, ਔਰ ਭਗਵੰਤ ਮਾਨ ਜੀ ਇਹ ਖੋਜ ਐਡੀ ਬੜੀ ਆ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਸਨਮਾਨ ਨੋਬਲ ਪ੍ਰਾਈਜ਼ ਇਨ ਮੈਡੀਸਨ ਤੱਕ ਜਾਏਗੀ, ਪੰਜਾਬ ਦਾ ਨਾਂ ਸਾਰੀ ਦੁਨੀਆ ਦੇ ਵਿੱਚ ਸਭ ਤੋਂ ਉੱਚਾ ਹੋਏਗਾ। ਸਾਡੇ ਮੁਲਕ ਵਿੱਚ ਤਾਂ ਓਲੰਪਿਕ ਖੇਡਾਂ 'ਚ ਇੱਕ ਗੋਲਡ ਮੈਡਲ ਤੱਕ ਜਿੱਤਣਾ ਔਖਾ ਹੋ ਜਾਂਦਾ ਸਾਡੇ ਕੋਲ, ਹੈਂ ਔਰ ਉਹ ਤਾਂ 1000 ਗੋਲਡ ਮੈਡਲਾਂ ਨਾਲੋਂ ਵੀ ਵੱਡਾ ਇਨਾਮ ਹੈ ਨੋਬਲ ਪ੍ਰਾਈਜ਼ ਇਨ ਮੈਡੀਸਨ। ਤੁਸੀਂ ਸਾਡੀ ਮਦਦ ਕਰੋ, ਅਸੀਂ ਉੱਥੋਂ ਤੁਹਾਨੂੰ ਜਿੱਤ ਕੇ ਦਿਆਂਗੇ, ਤੁਹਾਡੀ ਝੋਲੀ ਪਾ ਕੇ ਦਿਆਂਗੇ, ਤੁਹਾਡੇ ਸਿਰ 'ਤੇ ਤਾਜ ਬੰਨਾਂਗੇ, ਤੁਹਾਡੀ ਬਸੰਤੀ ਪੱਗ ਦੇ ਉੱਤੇ ਸਿਹਰਾ ਬੰਨਾਂਗੇ ਅਸੀਂ ਜੀ। ਬਿਲਕੁਲ, ਇਹ ਸਾਡਾ ਡਾਕਟਰ ਔਲਖ ਸਾਹਿਬ ਸੀਗੇ ਜੋ ਰਿਸਰਚਰ ਨੇ ਜਿਨ੍ਹਾਂ ਨੇ ਆਪਣੀ ਮੈਡੀਸਨ ਬਣਾਈ ਹੈ, ਲੇਕਿਨ ਅਸੀਂ ਲੁਧਿਆਣਾ ਲਾਈਵ ਨੇ ਇੱਕ ਉਪਰਾਲਾ ਜ਼ਰੂਰ ਕੀਤਾ ਕਿ ਇਹਨਾਂ ਦੀ ਜੋ ਰਿਸਰਚ ਜਿਹੜੀ ਹੈਗੀ ਹੈ ਕਿ ਸਾਨੂੰ ਆ ਮਿਲੇ ਨੇ, ਲੇਕਿਨ ਇਹਨਾਂ ਦੇ ਇੰਨੇ ਤਕੜੇ ਰਿਸਰਚਰ ਨੇ ਕਿ ਇਹਨਾਂ ਨੇ ਕਈ ਐਸੀ ਦਵਾਈਆਂ ਜਿਹੜੀਆਂ ਬਣਾਈਆਂ ਜੋ ਕਾਰਗਰ ਹੋਈਆਂ ਨੇ। ਲੇਕਿਨ ਆਖਿਰ ਕਾਰਪੋਰੇਟ ਘਰਾਣਿਆਂ ਦਾ ਸਿਰ ਦੇ ਉੱਤੇ ਹੱਥ ਨਹੀਂ ਆ, ਜਿਸ ਕਰਕੇ ਇਹ ਦਵਾਈ ਜਿਹੜੀ ਆਪਣੀ ਸਰਕੂਲੇਟ ਨਹੀਂ ਕਰ ਪਾ ਰਹੇ। ਲੇਕਿਨ ਦਵਾਈ ਜਿਹੜੀ ਹੈ ਇਹਨਾਂ ਦੀ ਕਈ ਐਸੀ ਵੀਡੀਓ ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ, ਇਹ ਆਪ ਨਹੀਂ ਕਰ ਰਹੇ, ਇਹ ਲੋਕਾਂ ਵੱਲੋਂ ਸ਼ੇਅਰ ਕੀਤੀ ਜਾ ਰਹੀ ਹੈ ਕਿ ਅਸੀਂ ਇਹ ਗਊ ਮਾਤਾ ਨੂੰ ਦਿੱਤੀ ਹੈ ਅਤੇ ਉਸ ਤੋਂ ਬਾਅਦ ਸਾਡੀ ਗਈਆਂ ਜਿਹੜੀ ਹੈ ਬਿਲਕੁਲ ਠੀਕ ਹੋ ਗਈ ਆ। ਲੇਕਿਨ ਜ਼ਿਆਦਾ ਤੋਂ ਜ਼ਿਆਦਾ ਇਹਨਾਂ ਦੀ ਮਦਦ ਕਰੋ, ਕਿਉਂਕਿ ਛੋਟੇ ਜਿਹੇ ਘਰਾਣੇ ਤੋਂ ਉੱਠੇ ਨੇ ਆ, ਅਤੇ ਇਹਨਾਂ ਦਾ ਮਕਾਨ ਜਿਹੜਾ ਇਹਨਾਂ ਨੇ 111 ਗਜ਼ ਦਾ ਬਣਾਇਆ ਸੀ, ਅੱਜ ਨੂੰ ਉਹ ਭੂਤ ਬੰਗਲਾ ਬਣ ਕੇ ਰਹਿ ਚੁੱਕਾ ਹੋਇਆ ਵੈ, ਨਾ ਹੀ ਉੱਥੇ ਕੋਈ ਬਾਰੀ ਹੈ, ਨਾ ਹੀ ਉੱਥੇ ਕੋਈ ਦਰਵਾਜ਼ਾ ਹੈ। ਲੇਕਿਨ ਦੇਸ਼ ਲਈ ਇਹ ਕੁਛ ਕਰਨਾ ਚਾਹੁੰਦੇ ਨੇ, ਪੰਜਾਬ ਸੂਬੇ ਲਈ ਕੁਛ ਕਰਨਾ ਚਾਹੁੰਦੇ ਨੇ ਕਿ ਪੰਜਾਬ ਦਾ ਇੱਕ ਵਿਗਿਆਨਿਕ ਜਿਹੜਾ ਹੈਗਾ ਵੈ, ਉਸਨੇ ਇਹ ਸਾਰੀ ਚੀਜ਼ਾਂ ਤੋਂ ਠੱਲ ਪਾਣ ਸੇ ਇੱਕ ਮੈਡੀਸਨ ਬਣਾਈ ਹੈ ਜੋ ਕਾਰਗਰ ਹੈ। ਅਤੇ ਲਗਾਤਾਰ 2 ਡੱਬੀਆਂ ਦੇ ਵਿੱਚ ਹੀ ਜੋ ਕੈਪਸੂਲ ਹੈ, ਜੋ ਮੈਡੀਸਨ ਹੋਊਗੀ, 4 ਗੋਲੀਆਂ ਦੇਣੀਆਂ ਨੇ, ਅਤੇ 4-4 ਦਾ ਕੋਡ ਜੋ ਹੋਏਗਾ ਉਹ ਇਹ ਦੱਸਣਗੇ ਕਿ ਉਹਦੇ ਵਿੱਚ ਕਿਸ ਤਰ੍ਹਾਂ ਜਿਹੜਾ ਲਿਖਿਆ ਹੋਇਆ ਵੈ। ਲੇਕਿਨ ਤੁਹਾਨੂੰ ਦੱਸੀਏ ਕਿ ਜਦੋਂ ਇਹਨਾਂ ਦੀ ਮਦਦ ਹੋਊਗੀ ਤਾਂ ਪੰਜਾਬ ਸੂਬੇ ਦਾ ਨਾਮ ਜ਼ਰੂਰ ਰੋਸ਼ਨ ਹੋਏਗਾ। ਵੱਧ ਤੋਂ ਵੱਧ ਇਸ ਵੀਡੀਓ ਨੂੰ ਵੀ ਸ਼ੇਅਰ ਕਰੋ ਤਾਂ ਕਿ ਇਹ ਸਰਕਾਰਾਂ ਤੱਕ ਜਾਵੇ, ਤਾਂ ਸਰਕਾਰ ਇਹਨਾਂ ਦੇ ਉੱਤੇ ਆਪਣਾ ਹੱਥ ਰੱਖੇ। ਕਾਰਪੋਰੇਟ ਘਰਾਣਾ ਤੋਂ ਇਲਾਵਾ ਸਰਕਾਰ ਜਦੋਂ ਉਹਨਾਂ ਦੇ ਆਪਣਾ ਹੱਥ ਰੱਖੇਗੀ ਤਾਂ ਗਈਆਂ ਜਿਹੜੀਆਂ ਨੇ ਠੀਕ ਹੋਣਗੀਆਂ। ਅਤੇ ਸਾਫ਼ ਇਹਨਾਂ ਨੇ ਕਿਹਾ ਕਿ ਦੁੱਧ ਨੂੰ ਉਬਾਲ ਕੇ ਪੀਓ, ਦੁੱਧ ਨੂੰ ਉਬਾਲ ਕੇ ਪੀਆਵਾਂਗੇ ਅਤੇ ਜਰਮ ਜਿਹੜੇ ਨੇ ਖਤਮ ਹੋਣਗੇ। ਲੇਕਿਨ ਅਗਰ ਬੱਚਿਆਂ ਨੂੰ ਤੁਸੀਂ ਇੱਦਾਂ ਹੀ ਦੁੱਧ ਦਿੰਦੇ ਹੋ ਤਾਂ ਉਹਦੇ ਤੋਂ ਪਰਹੇਜ਼ ਕਰੋ ਤਾਂ ਕਿ ਬੱਚਿਆਂ ਦੇ ਵਿੱਚ ਕੋਈ ਰੋਗ ਨਾ ਆ ਸਕੇ। ਲੁਧਿਆਣਾ ਤੋਂ ਕੈਮਰਾਮੈਨ ਹਨੀ ਦੇ ਨਾਲ ਮੈਂ ਵਿਸ਼ਾਲ ਕਪੂਰ, ਲੁਧਿਆਣਾ ਲਾਈਵ।